ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀਆਂ ਮੁਸ਼ਕਲਾਂ ਘਟਣ ਦਾ ਨਾਮ ਹੀ ਨਹੀਂ ਲੈ ਰਹੀਆਂ। ਮੁੱਖ ਮੰਤਰੀ ਬਣਦਿਆਂ ਹੀ ਚਰਨਜੀਤ ਸਿੰਘ ਚੰਨੀ ਦੀ ਜਿੰਨੀ ਬੱਲੇ ਬੱਲੇ ਹੋਈ ਸੀ ਉਨਾ ਛੇਤੀ ਹੀ ਉਹ ਵਿਵਾਦਾਂ ਵਿੱਚ ਘਿਰ ਗਏ ਨੇ। ਪਹਿਲਾਂ ਤਾਂ ਸਰਕਾਰ ਹੁੰਦਿਆਂ ਹੀ ਪਾਰਟੀ ਦੇ ਅੰਦਰਲੇ ਆਗੂਆਂ ਨੇ ਹੀ ਚੰਨੀ ਖਿਲਾਫ਼ ਸਾਜ਼ਿਸ਼ਾਂ ਰਚਣੀਆਂ ਸ਼ੁਰੂ ਕਰ ਦਿੱਤੀਆਂ। ਇਸ ਤੋਂ ਬਾਅਦ ਕੇਂਦਰ ਸਰਕਾਰ ਨੇ ਵੀ ਚੰਨੀ ਨੂੰ ਟਾਰਗੇਟ ਕਰ ਲਿਆ। ਸਰਕਾਰ ਵਿੱਚ ਹੁੰਦਿਆਂ ਹੀ ਕੇਂਦਰ ਦੀ ਏਜੰਸੀ ED ਨੇ ਚਰਨਜੀਤ ਸਿੰਘ ਚੰਨੀ ਦੇ ਭਾਣਜੇ 'ਤੇ ਰੇਡ ਕਰਕੇ 10 ਕਰੋੜ ਰੁਪਏ ਨਕਦੀ ਬਰਾਮਦ ਕਰ ਲਈ ਅਤੇ ਰੇਤ ਮਾਫੀਆ ਨਾਲ ਸੰਬੰਧਿਤ ਹੋਰ ਦਸਤਾਵੇਜ਼ ਵੀ ਬਰਾਮਦ ਕੀਤੇ। ED ਵੱਲੋਂ ਚੰਨੀ ਦੇ ਭਾਣਜੇ ਨੂੰ ਗ੍ਰਿਫਤਾਰ ਕਰਨ ਪਿੱਛੋਂ ਵਿਰੋਧੀਆਂ ਨੇ ਚੰਨੀ ਖਿਲਾਫ਼ ਰੱਜ ਕੇ ਪ੍ਰਚਾਰ ਕੀਤਾ। ਇਸ ਤੋਂ ਬਾਅਦ ਵਿਧਾਨ ਸਭਾ ਚੋਣਾਂ ਵਿੱਚ ਦੋਵਾਂ ਹਲਕਿਆਂ ਤੋਂ ਹੀ ਮਾੜੀ ਹਾਰ ਹੋ ਗਈ। ਹੁਣ ਜਦੋਂ ਚਰਨਜੀਤ ਸਿੰਘ ਚੰਨੀ ਬਿਲਕੁਲ ਚੁੱਪ ਬੈਠੇ ਨੇ ਅਤੇ ਕੋਈ ਬਿਆਨਬਾਜ਼ੀ ਵੀ ਨਹੀਂ ਕਰ ਰਹੇ ਤਾਂ ਹੁਣ ਇੱਕ ਹੋਰ ਨਵੀਂ ਮੁਸੀਬਤ ਆ ਡਿੱਗੀ। ਹੁਣ ਕੇਂਦਰ ਦੀ ਜਾਂਚ ਏਜੰਸੀ ਇਨਫੋਰਸਮੈਂਟ ਡਾਇਰੈਕਟੋਰੇਟ ਯਾਨੀ ED ਨੇ ਚਰਨਜੀਤ ਸਿੰਘ ਚੰਨੀ ਪਾਸੋਂ ਪੁੱਛਗਿੱਛ ਲਈ ਸੰਮਨ ਜਾਰੀ ਕਰ ਦਿੱਤੇ ਨੇ। ਪਤਾ ਲੱਗਾ ਕਿ ਪੰਜਾਬ ਵਿੱਚ ਰੇਤ ਮਾਫੀਆ ਸਮੇਤ ਹੋਰ ਵੱਖ ਵੱਖ ਢੰਗਾਂ ਦੇ ਕਾਲੇ ਕਾਰੋਬਾਰ ਬਾਰੇ ਚੰਨੀ ਤੋਂ ਪੁੱਛਗਿੱਛ ਕੀਤੀ ਜਾਵੇਗੀ। ਜੇਕਰ ਗੱਲ ਪੁੱਛਗਿੱਛ ਤੱਕ ਹੀ ਸੀਮਿਤ ਰਹਿ ਗਈ ਤਾਂ ਫਿਰ ਵੀ ਕੋਈ ਗੱਲ ਨਹੀਂ, ਪਰ ਖਤਰਾ ਇਹ ਹੈ ਕਿ ਹੁਣ ED ਵੱਲੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਖਿਲਾਫ਼ ਵੀ ਕੋਈ ਕੇਸ ਦਰਜ ਕੀਤਾ ਜਾ ਸਕਦਾ ਹੈ। ਇਸੇ ਦੌਰਾਨ ਹੀ ਚਰਨਜੀਤ ਸਿੰਘ ਚੰਨੀ ਨੇ ਇੱਕ ਟਵੀਟ ਕਰਕੇ ਦੱਸਿਆ ਕਿ ਉਸ ਨੂੰ ਸੰਮਨ ਤਾਂ ਮਿਲ ਗਏ ਨੇ ਪਰ ਜਿਸ ਕੇਸ ਵਿੱਚ ਸੰਮਨ ਭੇਜੇ ਗਏ ਨੇ ਉਸ ਕੇਸ ਵਿੱਚ ਚਲਾਨ ਅਦਾਲਤ ਵਿੱਚ ਪੇਸ਼ ਕੀਤਾ ਜਾ ਚੁੱਕਾ ਹੈ, ਇਸ ਲਈ ਚਲਾਨ ਪੇਸ਼ ਹੋਣ ਪਿੱਛੋਂ ਅਧਿਕਾਰੀ ਉਸ ਨੂੰ ਪੁੱਛਗਿੱਛ ਲਈ ਨਹੀਂ ਬੁਲਾ ਸਕਦੇ।